ਪੁਰਾਣੀ ਪੈਨਸ਼ਨ ਜਿਹੜੀ ਆ ਉਹ ਲਾਗੂ ਕਰੋ ਲੇਕਿਨ ਸਰਕਾਰ ਨੇ ਕੱਲ ਪੀਐਸਐਮਐਸਯੂ ਦੀ ਵੀ ਮੀਟਿੰਗ ਹੋਈ ਆ ਜਿਹੜੀ ਆ ਇਹਨਾਂ ਦੀਆਂ ਪੁਰਾਣੀਆਂ ਹੋਰ ਜਿਹੜੀਆਂ ਪੁਰਾਣੀ ਪੈਨਸ਼ਨ ਬਹਾਲੀ ਦੀਆਂ ਜਥੇਬੰਦੀਆਂ ਉਹਨਾਂ ਨਾਲ ਵੀ ਮੀਟਿੰਗ ਹੋਈ ਆ ਇਹਨਾਂ ਨੇ ਇੱਕ ਟੁੱਟੀ ਜੀ ਪੱਤਰ ਜਾਰੀ ਕਰਤਾ ਉਹਨੂੰ ਕਹਿੰਦਾ ਨੋਟੀਫਿਕੇਸ਼ਨ ਹ ਅਜੇ ਤੱਕ ਕਿਤੇ ਲਾਗੂ ਨਹੀਂ ਕੀਤੀ ਤੇ ਕੱਲ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਸੁਣਿਆ ਗਿਆ ਜੋ ਪੀਐਸਐਮਯੂ ਨੂੰ ਉਹਨਾਂ ਸਾਥੀ ਨੇ ਦੱਸਿਆ ਕਿ ਜਿਹੜੀ ਪਰਾਣੀ ਪੈਨਸ਼ਨ ਆ ਤੁਸੀਂ 40% ਆਪਣੀ ਤਨਖਾਹ ਕਟਾ ਲਓ ਆਪਣੀ ਤਨਖਾਹ ਕਟਾ ਲਓ ਅਸੀਂ ਤੁਹਾਨੂੰ ਪੈਨਸ਼ਨ ਦੇ ਦਿੰਦੇ ਕਿੰਨੀ ਸ਼ਰਮ ਦੀ ਗੱਲ ਆ ਜਿਹੜੀ ਪਾਰਟੀ ਇਹ ਵਾਦਾ ਕਰਕੇ ਆਈ ਅਸੀਂ ਤੁਹਾਨੂੰ ਪਰਾਣੀ ਪੈਨਸ਼ਨ ਦੇਵਾਂਗੇ ਕਹਿੰਦੇ 40% ਤਨਖਾਹ ਕਟਾ ਲਓ ਜੇ ਅਸੀਂ ਪੈਨਸ਼ਨ ਦੇ ਦੇ ਫਿਰ ਸਾਨੂੰ ਕੀ ਮਿਲਿਆ ਹੁਣ ਕੱਚੇ ਮੁਲਾਜ਼ਮ ਪੱਕੇ ਕਰਨੇ ਆ ਉਹ ਹੋਲਡਿੰਗ ਲਾਤੇ ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ ਸਾਡੀ ਡੀਏ ਇਹ ਰੂਟੀਨ ਵਰਕ ਹੈ ਮੰਗਣੀਗੀ ਇਹ ਸਾਡੇ ਤਨਖਾਹ ਦੇ ਨਾਲ ਲੱਗਣਾ ਲੱਗਣਾ ਸਾਲ ਚ ਦੋ ਵਾਰੀ ਮੰਗ ਹੀ ਨਹੀਂ ਹੈਗੀ ਇਹ ਰੂਟੀਨ ਚ ਮਿਲਦਾ ਉਹ ਦੱਬ ਕੇ ਬੈਠੇ ਤਿੰਨ ਕਿਸ਼ਤਾਂ ਚੌਥੀ ਕਿਸ਼ਤ ਜਿਹੜੀ ਜਨਵਰੀ ਦੇ ਵਿੱਚ ਫੇਰ ਆ ਜਾਣੀ ਆ ਚਾਰ ਕਿਸ਼ਤਾਂ ਹੋ ਜਾਣੀਆਂ ਉਹ ਨਹੀਂ ਦਿੱਤੀ ਸਾਡੇ ਪੇ ਕਮਿਸ਼ਨ ਦਾ ਏਰੀਅਰ ਅਜੇ ਤੱਕ ਉਹ ਨਹੀਂ ਦਿੱਤਾ ਹੈਗਾ ਹੁਣ ਦੇਖੋ 도ਗਲੀ ਨੀਤੀ ਜਿਹੜੀ ਪੰਜਾਬ ਸਰਕਾਰ ਆ ਪਹਿਲਾਂ ਦਿੱਲੀ ਨੂੰ ਭੰਡਦੀ ਹੁੰਦੀ ਸੀਗੀ ਅੱਜ ਕਿਹੋ ਜਿਹੀ ਹੋ ਗਈ ਕਿ ਉਹਨਾਂ ਦੇ ਇਸ਼ਾਰੇ ਤੇ ਚੱਲ ਰਹੀ ਆ ਨਵੇਂ ਸਾਥੀਆਂ ਨੂੰ ਸੈਂਟਰ ਦਾ ਪੇ ਕਮਿਸ਼ਨ ਤੇ ਪੁਰਾਣੇ ਨੂੰ ਪੰਜਾਬ ਦਾ ਪੇ ਕਮਿਸ਼ਨ ਭੱਤੇ ਪੰਜਾਬ ਦੇ ਤੇ ਪੇ ਕਮਿਸ਼ਨ ਸੈਂਟਰ ਦਾ ਕਿ ਡੀ 도ਗਲੀ ਨੀਤੀ ਵੀ ਘੱਟ ਕਿਵੇਂ ਦੇਣੀ ਆ ਸੋ ਸਾਡਾ ਹਰ ਥਾਂ ਤੇ ਸੋਸ਼ਲ ਹੋ ਰਿਹਾ ਸੈਕਟਰੀਏਟ ਦੇ ਵਿੱਚ ਸਾਡੀ ਸਪੈਸ਼ਲ ਪੇ ਦੀ ਮੰਗ ਹੈਗੀ ਆ ਸਾਡੀਆਂ ਜਿਹੜੀਆਂ ਹੋਰ ਬ੍ਰਾਂਚਾਂ ਜਿਹੜੀਆਂ ਕ੍ਰੀਏਟ ਕਰਨ ਦੀ ਮੰਗ ਹੈਗੀ ਆ ਸੋ ਇਹੋ ਜਿਹੀ ਬਹੁਤ ਸਾਰੀਆਂ ਜਿਹੜੀਆਂ 15 ਇੱਕ 15 ਦਾ ਪੱਤਰ ਵਾਪਸ ਕਰਨ ਦੀ ਮੰਗ ਹੈਗੀ ਆ ਸੋ ਇਹ ਕਰਕੇ ਆ ਸਾਡਾ ਜਿਹੜਾ ਡਿਮਾਂਡ ਡਰਾਫਟ ਆ ਜਿਹੜਾ ਸਾਡੇ ਖੈਰਾ ਗਰੁੱਪ ਦਾ ਹੈਗਾ ਇਹਦੇ ਚਾਹ ਦੇਖੋ ਵੋਟ ਸਪੋਰਟ ਟੂ ਖੈਰਾ ਗਰੁੱਪ ਸੋ ਅਸੀਂ ਆਪਣੀ ਕੈਂਪੇਨ ਦੇ ਵਿੱਚ ਇਹ ਇਹਨਾਂ ਨੇ ਸਲਾਹ ਕੀਤੀ ਸੀ ਆਪਾਂ ਆਪਣੇ ਵਿਰੋਧੀਆਂ ਤੇ ਅਟੈਕ ਨਾ ਕਰੋ ਜਿਹੜਾ ਅਟੈਕ ਕਰਨਾ ਉਹ ਸਰਕਾਰ ਤੇ ਕਰੋ ਕਿਉਂਕਿ ਲੜਾਈ ਸਾਡੀ ਸਰਕਾਰ ਦੇ ਨਾਲ ਆ